ਫਿਲੌਰ ਮੁਹੱਲਾ ਬ੍ਰਹਮਪੁਰੀ ਤੋਂ ਇੱਕ ਲੜਾਈ ਝਗੜੇ ਦਾ ਕੇਸ ਸਾਹਮਣੇ ਆਇਆ। ਮੁਹੱਲਾ ਬ੍ਰਹਮਪੁਰੀ ਤੋਂ ਇੱਕ ਪਰਿਵਾਰ ਦੇ ਵਿੱਚ ਜਨਮਦਿਨ ਦੀ ਖੁਸ਼ੀ ਮਨਾ ਰਹੇ ਕੋਹਿਨੂਰ ਨਾਮ ਦੇ ਲੜਕੇ ਆਪਣੇ ਪਰਿਵਾਰ ਵਿੱਚ ਜਨਮਦਿਨ ਦੀ ਖੁਸ਼ੀ ਮਨਾ ਰਹੇ ਸੀ ਅਤੇ ਉਸਦੇ ਨਾਲ ਦੇ ਘਰ ਵਿੱਚ ਰਹਿਣ ਵਾਲੇ ਗਗਨਦੀਪ ਨਾਮ ਦੇ ਲੜਕਾ ਆਟੋ ਲੈ ਕੇ ਸ਼ਾਮ ਤਕਰੀਬਨ 4:30 ਵਜੇ ਆਪਣਾ ਆਟੋ ਲੈ ਕੇ ਆ ਰਿਹਾ ਸੀ। ਆਪਣੇ ਘਰ ਦੇ ਬਾਹਰ ਆਟੋ ਲਗਾਉਣ ਲੱਗਾ ਤਾਂ ਘਰ ਦੇ ਬਾਹਰ ਮੋਟਰਸਾਈਕਲ ਖੜੇ ਸੀ, ਜਿਸ ਵਿੱਚ ਆਟੋ ਲੱਗਣ ਕਾਰਨ ਮੋਟਰਸਾਈਕਲ ਪਲਟ ਕੇ ਡਿੱਗ ਗਿਆ ਅਤੇ ਉਸਨੇ ਮੋਟਰਸਾਈਕਲ ਖੜਾ ਕੀਤਾ। ਫਿਰ ਜਿਸਦਾ ਉਹ ਮੋਟਰਸਾਈਕਲ ਸੀ ਉਸਨੇ ਘਰੋਂ ਬਾਹਰ ਨਿਕਲ ਕੇ ਗਾਲੀ ਗਲੋਚ ਕੀਤੀ, ਜਿਸ ਨੂੰ ਲੈ ਕੇ ਲੜਾਈ ਵਧੀ। ਕੋਹਿਨੂਰ ਦੇ ਘਰ ਆਏ ਤਕਰੀਬਨ 10-12 ਲੋਕਾਂ ਨੇ ਉਹਨਾਂ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਗਗਨਦੀਪ ਦੇ ਪਰਿਵਾਰ ਤੇ ਹਮਲਾ ਕੀਤਾ, ਜਿਸ ਨਾਲ ਗਗਨਦੀਪ ਉਸਦੇ ਮਾਤਾ ਪਿਤਾ ਦੇ ਸਰੀਰ ਤੇ ਕਾਫੀ ਡੂੰਘੀਆਂ ਸੱਟਾਂ ਲੱਗੀਆਂ। ਤੇਜ਼ ਧਾਰ ਹਥਿਆਰਾਂ ਤੋਂ ਬਚਣ ਲਈ ਗਗਨਦੀਪ ਆਪਣੇ ਗੁਆਂਢੀਆਂ ਦੇ ਘਰ ਵਿੱਚ ਗਿਆ ਅਤੇ ਹਮਲਾਵਰਾਂ ਨੇ ਉਹਨਾਂ ਦੇ ਗੇਟ ਤੇ ਤੇਜ਼ ਧਾਰ ਹਥਿਆਰ ਮਾਰ ਕੇ ਉਹਨਾਂ ਦਾ ਗੇਟ ਪਾੜ ਦਿੱਤਾ, ਜਿਸ ਨੂੰ ਲੈ ਕੇ ਉਹ ਸਿਵਲ ਹਸਪੀਟਲ ਐਡਮਿਟ ਹੋਏ ਅਤੇ ਡਾਕਟਰ ਸਾਹਿਬ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਜ਼ਿਆਦਾ ਸੱਟਾਂ ਗਗਨਦੀਪ ਦੇ ਲੱਗੀਆਂ ਹਨ, ਜਿਸ ਨੂੰ ਲੈ ਕੇ ਸਾਰਿਆਂ ਦੀਆਂ MLR ਕਰ ਦਿੱਤੀ ਹੈ। ਥਾਣਾ ਫਿਲੌਰ ਪੁਲਿਸ ਨੂੰ ਇਨਫੋਰਮੇਸ਼ਨ ਦੇ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ। ਹਾਂਜੀ ਭਾਈ, ਕੀ ਨਾਮ ਜੀ ਆਪਣਾ? ਗਗਨਦੀਪ ਸਿੰਘ ਭਾਜੀ। ਹਾਂਜੀ ਗਗਨਦੀਪ ਜੀ, ਆਪਣਾ ਪਿੰਡ ਕਿਹੜਾ ਜੀ? ਆਪਣਾ ਹੈਗਾ ਬ੍ਰਹਮਪੁਰੀ ਭਾਜੀ। ਅੱਛਾ। ਹਾਂਜੀ, ਤੇ ਕੀ ਮਾਮਲਾ ਹੋਇਆ ਜਿਹੜਾ ਤੁਹਾਡੇ ਤੇ ਇਦਾਂ ਹਮਲਾ ਕੀਤਾ ਗਿਆ ਹੈ? ਕਿੰਨੇ ਬੰਦੇ ਸੀਗੇ ਉਹ ਬੰਦੇ? ਭਾਜੀ ਘੱਟੋ ਘੱਟ ਨਹੀਂ ਹੋ ਸੀਗੇ 10-12 ਜਾਣੇ ਸੀਗੇ ਭਾਜੀ। ਅੱਛਾ। ਹਾਂਜੀ, ਐਸੀ ਕਿਹੜੀ ਗੱਲ ਹੋ ਗਈ ਜਿਹੜਾ ਤੁਹਾਡੇ ਤੇ ਹਮਲਾ ਕਰਨਾ ਪੈ ਗਿਆ? ਭਾਜੀ ਮੈਂ ਨਾ ਕੰਮ ਤੋਂ ਆਇਆ ਸੀਗਾ, ਉਹਨਾਂ ਨੇ ਨਾ ਭਾਜੀ ਮੇਰੇ ਘਰ ਦੇ ਬਾਹਰ ਮੋਟਰਸਾਈਕਲ ਲਾਏ ਸੀ, ਪੂਰਾ ਰਸਤਾ ਬੰਦ ਕੀਤਾ ਹੋਇਆ ਸੀਗਾ ਜੀ। ਅੱਛਾ। ਮੈਂ ਜਿੱਥੇ ਆਟੋ ਖੜਾ ਕਰਦਾ ਨਾ ਉੱਥੇ ਮੈਂ ਆਟੋ ਖੜੀ ਕਰਨ ਲੱਗਾ, ਮੈਂ ਕਿਹਾ ਭਾਜੀ ਵੀ ਮੋਟਰਸਾਈਕਲ ਮਾੜਾ ਜਿਹਾ ਨਾ ਉਹ ਹੋ ਗਿਆ, ਗਿਰ ਗਿਆ, ਮੈਂ ਚੱਕਤਾ ਭਾਜੀ। ਉਹ ਕਹਿੰਦੇ ਆਏ ਭਾਜੀ ਉਹ ਅੰਦਰੋਂ ਆਏ, ਬਾਹਰ ਘੱਟੋ ਘੱਟ ਨਹੀਂ 8-10 ਜਾਣੇ, 4-5 ਜਾਣੇ ਉੱਧਰੋਂ ਆ ਗਏ ਉਹਨਾਂ ਦੇ ਮੋਟਰਸਾਈਕਲ 'ਤੇ। ਅਤੇ ਭਾਜੀ ਉਹਨਾਂ ਨੇ ਨਾ ਮੈਨੂੰ ਗਾਲ ਮੋਟਰਸਾਈਕਲ ਕਿਉਂ ਸਿੱਟਿਆ? ਮੈਂ ਕਿਹਾ ਭਾਜੀ ਮੇਰੀ ਗਲਤੀ ਸੀਗੀ, ਮੈਂ ਮੋਟਰਸਾਈਕਲ ਚੱਕਤਾ। ਭਾਜੀ ਨਸ਼ਾ ਭਾਜੀ ਉਹ ਸ਼ਰੇਆਮ ਸ਼ਰਾਬ ਦੀਆਂ ਬੋਤਲਾਂ ਪੀਂਦੇ ਆ ਘਰੇ। ਹਾਂਜੀ, ਅਤੇ ਭਾਜੀ ਹਥਿਆਰ ਬਸ ਉਹ ਕੱਢ ਕੇ ਲਿਆਏ ਆ, ਉਹਨਾਂ ਨੇ ਮੇਰੇ ਮਾਰਨੇ ਸ਼ੁਰੂ ਕਰਤੇ ਆ, ਅਤੇ ਮੈਂ ਆਪਣੀ ਜਾਨ ਬਚਾ ਕੇ ਭੱਜਿਆ ਵੀ ਆ, ਉਹਨਾਂ ਨੇ ਭਾਜੀ ਮੈਨੂੰ ਬੜਾ ਮਾਰਿਆ। ਬੰਦਿਆਂ ਨੂੰ ਪਛਾਣ ਸਕਦੇ ਆ? ਹਾਂਜੀ ਭਾਜੀ ਪਛਾਣ ਹੈਗੀ ਮੈਨੂੰ ਬੰਦਿਆਂ ਦੀ। ਅੱਛਾ। ਹਾਂਜੀ, ਭਾਜੀ ਉਹਨਾਂ ਦੇ ਜ਼ਿਆਦਾਤਰ ਮੋਨੀ ਸੀਗੇ ਭਾਜੀ। ਹਾਂਜੀ, ਪੁਲਿਸ ਦਾ ਭਾਜੀ ਉਹਨਾਂ ਨੂੰ ਕਿੰਨੀ ਦੇਰ ਹੋ ਗਈ ਫੋਨ ਆਉਂਦੇ, ਸਾਰਾ ਮੁਹੱਲਾ ਇਕੱਠਾ ਹੋ ਗਿਆ, ਘੱਟੋ ਘੱਟ ਵੀ ਅੱਧਾ ਨਾਲ ਵੱਧ ਮੰਦਾ, ਬੁੜੀਆਂ ਸਾਰੀਆਂ, ਤੁਸੀਂ ਜਾ ਕੇ ਉਹਨਾਂ ਨੂੰ ਪੁੱਛੋ ਕੀ ਹਾਲ ਉਹਨਾਂ ਨੇ ਕੀਤਾ। ਬੁੜੀਆਂ ਤੱਕ ਵਿਚਾਰੀਆਂ ਜਿਹੜੀਆਂ ਛਡਾਣ ਆ ਰਹੀਆਂ ਸੀ ਉਹਨਾਂ ਨੂੰ ਵੀ ਮਾਰਿਆ, ਮੇਰੀ ਮਾਂ ਨੂੰ ਛਡਾਣ ਆਈ ਆ ਉਹਦੇ ਵੀ ਮਾਰਿਆ, ਪਿਓ ਦੇ ਵੀ ਮਾਰਿਆ ਭਾਜੀ। ਠੀਕ ਹੈ। ਹਾਂਜੀ, ਕਹਿੰਦੇ ਉੱਪਰੋਂ ਮੈਨੂੰ ਭਾਜੀ ਜਾਂਦੇ ਜਾਂਦੇ ਧਮਕੀ ਦੇ ਕੇ ਜੇ ਤੂੰ ਰਿਪੋਰਟ ਕਰਾਈ ਨਾ ਤੈਨੂੰ ਜਾਨੋਂ ਮਾਰ ਦਾਂਗੇ। ਅੱਛਾ। ਹਾਂਜੀ, ਜੋਗਾ ਸਿੰਘ ਮੇਰਾ ਨਾਮ ਹੈ ਜੀ। ਮੁੰਡਾ ਮੇਰਾ ਨਾ ਜੀ ਰਾਤ ਦਾ ਗੱਡੀ ਲੈ ਕੇ ਗਿਆ ਸੀ ਆਟੋ, ਉਹ ਕੰਮ ਤੋਂ ਆਇਆ ਸੀਗਾ ਜੀ 4:30-5 ਵਜੇ। ਗਲੀ ਦੇ ਵਿੱਚ 6-7 ਮੋਟਰਸਾਈਕਲ ਖੜੇ ਸੀਗੇ, ਉਹ ਗੱਡੀ ਜਿੱਥੇ ਖੜਾਉਂਦੇ ਆ ਉੱਥੇ ਮੋਟਰਸਾਈਕਲ ਟੇਢਾ ਕਰਕੇ ਲਾਇਆ ਸੀ, ਉਹ ਕਿਤੇ ਲਾ ਰਿਹਾ ਸੀ ਗੱਡੀ ਅਤੇ ਉਹਦੇ ਨਾਲ ਲੱਗ ਗਿਆ ਅਤੇ ਮੋਟਰਸਾਈਕਲ ਡਿੱਗ ਗਿਆ ਸੀ ਜੀ। ਮੁੰਡੇ ਨੇ ਮੇਰੇ ਨੇ ਉੱਤਰ ਕੇ ਮੋਟਰਸਾਈਕਲ ਚੱਕ ਕੇ ਖੜਾ ਵੀ ਕੀਤਾ, ਜਦ ਮੈਂ ਅੰਦਰੋਂ ਅੰਦਰ ਸੀਗਾ, ਮੈਂ ਜਦ ਮੈਂ ਬਾਹਰ ਆਇਆ ਉਹ ਕਹਿ ਰਿਹਾ ਸੀ ਮੁੰਡਿਆਂ ਨੂੰ ਵੀ ਮੈਂ ਮੋਟਰਸਾਈਕਲ ਤੁਹਾਡਾ ਖੜਾ ਕਰਤਾ, ਉਹ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਰਹੇ ਸੀ ਇਹਨੂੰ।
ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਗਾਣਾ ਕਿਸ ਗੱਲ ਤੋਂ ਕੱਢ ਰਹੇ ਹੋ, ਤੇ ਉਹਨਾਂ ਨੇ ਚਾਰ ਪੰਜ ਜਣਿਆਂ ਨੇ ਮੇਰੇ ਤੇ ਹਮਲਾ ਕਰਤਾ ਜੀ, ਮੇਰੇ ਸਾਡੇ ਕੋਲ ਸਿਰ ਤੇ ਵੀ ਸੱਟ ਮਾਰੀ। ਕਿਹੜੀ ਜਗ੍ਹਾ ਤੇ ਰਹਿਣ ਵਾਲੇ ਤੁਸੀਂ? ਬ੍ਰਹਮਪੁਰੀ ਜੀ। ਬ੍ਰਹਮਪੁਰੀ? ਹਾਂਜੀ ਹਾਂਜੀ। ਕਿੰਨੇ ਬੰਦੇ ਇੰਜਰਡ ਹੋਏ ਤੁਹਾਡੇ? ਸਾਡੇ ਤੇ ਮੇਰੇ ਵਾਰੀਆਂ ਜੀ, ਇਹਦੇ ਵੱਜੀ, ਇਹ ਇੱਕ ਇਹਨੇ ਦਾਤ ਮਾਰ ਰਹੇ ਸੀ, ਇਹਨੇ ਦਾਤ ਫੜ ਲਿਆ ਜੀ ਉਹਨਾਂ ਦਾ, ਤੇ ਮੁੰਡੇ ਦੇ ਮਾਰ ਕੇ ਚਾਰ ਪੰਜ ਜਣੇ ਮੁੰਡੇ ਨੂੰ ਪੈ ਕੇ ਦਾਤਾਂ ਲੈ ਕੇ। ਉੱਥੇ ਸੀਸੀਟੀਵੀ ਕੈਮਰਾ ਲੱਗਾ ਲੱਗਾ? ਜੀ ਜੀ, ਉੱਥੇ ਲੱਗਿਆ ਹੋਇਆ ਜੀ। ਪੁਲਿਸ ਵਾਲੇ ਆ ਗਏ? ਪੁਲਿਸ ਵਾਲੇ ਆਏ ਨਹੀਂ, ਪੁਲਿਸ ਵਾਲੇ ਤਾਂ ਅਸੀਂ ਜਦੋਂ ਇਹ ਬੋਲ ਰਹੇ ਸੀ, ਲੜ ਰਹੇ ਸੀ, ਉਦੋਂ ਦੇ ਫੋਨ ਕਰ ਰਹੇ ਆ, ਪੁਲਿਸ ਵਾਲਿਆਂ ਨੇ ਕਿਸੇ ਨੇ ਆ ਕੇ ਬਾਤ ਨਹੀਂ ਪੁੱਛੀ ਉਦੋਂ। ਆਹ ਥੋੜੀ ਦੇਰ ਪਹਿਲਾਂ ਦੀ ਘਟਨਾ ਜੀ, ਤੇ ਸਬ ਇੰਸਪੈਕਟਰ ਦਾ ਕਿਸੇ ਦਾ ਨੰਬਰ ਦਿੱਤਾ ਸੀਗਾ ਜੀ, 14-15 ਮੁੰਡੇ ਜੀ, ਮੋਟਰਸਾਈਕਲ ਖੜੇ ਸੀ, ਮੋਟਰਸਾਈਕਲ ਹੀ ਉਹਨਾਂ ਦੇ ਗਲੀ 'ਚ ਖੜੇ। ਪਹਿਲਾਂ ਤਾਂ ਉੱਦਾਂ ਹੀ ਸਿਵਲ ਸੀ ਜੀ, ਜਦੋਂ ਲੜਾਈ ਵੱਧ ਗਈ ਆ ਫਿਰ ਉਹ ਦਾਤ ਲੈ ਕੇ ਆ ਗਏ ਨੇ ਜੀ, 6-7 ਬਿੱਲਾ ਸੀ ਇੱਕ ਉਹਨਾਂ ਦੇ ਵਿੱਚ ਜੀ, ਕਹਿੰਦਾ ਮੈਨੂੰ ਬਿੱਲਾ ਕਹਿੰਦੇ ਆ ਜੀ ਉਹ, ਤੇ ਹੋਰ ਉਹਦੇ ਨਾਲ 8-10 ਮੁੰਡੇ ਹੋਰ ਆ ਗਏ ਮੋਟਰਸਾਈਕਲਾਂ ਦੇ ਉੱਤੇ, ਮੂੰਹ ਬੰਨੇ ਹੋਏ ਸੀ ਕਾਲੇ ਕੱਪੜੇ ਨਾਲ। ਸੀਸੀ ਕੈਮਰੇ 'ਚ ਤੁਸੀਂ ਚੈੱਕ ਕਰ ਸਕਦੇ ਹੋ ਜਾ ਕੇ ਸਰ। ਲੜਾਈ ਕੋਈ ਗੱਲ ਨੀ, ਜਨਮ ਦਿਨ ਸੀ, ਮਨਾਉਂਦੇ ਪਏ ਅੰਦਰ ਬੈਠੇ। ਹਾਂਜੀ, ਤੇ ਮੋਟਰਸਾਈਕਲ ਬਾਹਰ ਖੜੇ ਆ, ਆ ਟੈਂਪੂ ਚਲਾਉਂਦਾ ਆ ਗਗਨ, ਆਇਆ ਤੂੰ ਉਦਾਂ ਸਾਨੂੰ ਆਣ ਕੇ ਕਹਿ ਭਰਾ ਮੋਟਰਸਾਈਕਲ ਸਾਈਡ ਤੇ ਕਰ ਦੋ, ਠੀਕ ਆ ਜੀ ਮੈਂ ਟੈਂਪੂ ਲਾਉਣਾ। ਇੰਨੇ ਲਿਆ ਕੇ ਬੈਕ ਮਾਰਿਆ, ਨਵਾਂ ਮੋਟਰਸਾਈਕਲ ਟੁੱਟ ਗਿਆ ਜੀ। ਉਹ ਮੁੰਡੇ ਦਾ ਕਹਿੰਦਾ ਮੋਟਰਸਾਈਕਲ ਉਹਨੇ ਆਣ ਕੇ ਭਾਜੀ ਹੁਣ ਤੁਹਾਡਾ ਨਵਾਂ ਚੀਜ਼ ਆ ਟੁੱਟੂਗਾ, ਮੈਂ ਤੋੜੂੰਗਾ ਤੁਸੀਂ ਮੈਨੂੰ ਬੋਲੂਗੇ, ਹਾਂ ਵੀ ਮੇਰੀ ਨਵੀਂ ਚੀਜ਼ ਆ। ਆ ਮੋਹਰੇ ਆਕੜ ਪਿਆ, ਆਕੜਿਆ ਮੈਂ ਤਾਂ ਨਹਾਉਂਦਾ ਪਿਆ ਅੰਦਰ, ਮੈਂ ਏਦਾਂ ਹੀ ਭਾਈ ਕੱਛੇ ਜਿਹਾ ਆਇਆ, ਮੈਂ ਅੜਾ ਤੇ ਵੀ ਹੱਥ ਜੋੜੇ, ਮੈਂ ਕਿਹਾ ਭਰਾ ਮੇਰਿਆ ਨਾ ਕਰੋ, ਮੈਂ ਉਹਨਾਂ ਦੇ ਹੱਥ ਵੀ ਜੋੜੇ। ਕਹਿੰਦਾ ਲੜਾਈ ਹੋਈ ਇਹਨਾਂ ਦੀ, ਠੀਕ ਆ ਜੀ ਮੇਰੇ ਨਾਲ ਨੀ ਲੜਾਈ ਹੋਈ, ਲੜਾਈ ਹੋਈ ਆ ਮੇਰੇ ਦੋਸਤ ਆ ਉਹਨਾਂ ਨਾਲ, ਮੈਂ ਉਹਨਾਂ ਦੇ ਮੁਹਰੇ ਵੀ ਕਿਹਾ ਭਰਾ ਨਾ, ਇਹਨਾਂ ਨੂੰ ਵੀ ਕਿਹਾ ਮੇਰੇ ਨਾਲ ਗੱਲਾਂ ਕਰਦਿਆਂ ਨੇ ਇਹਨਾਂ ਦੀ ਬੁੜੀਆਂ ਨੇ ਮੇਰੀਆਂ ਬਾਹਾਂ ਫੜ ਕੇ ਮੇਰੇ ਇੱਥੇ ਪੀਕ ਹੱਥ ਮਾਰਿਆ, ਪਹਿਲਾਂ ਗੱਲਾਂ ਚ ਨੋਰਮਲ ਗੱਲਾਂ ਕਰਦੇ, ਫਿਰ ਸਿਰ ਚ ਮਾਰਿਆ ਤੇ ਇੱਥੇ ਮੇਰੇ ਪੇ ਕੱਸ ਮਾਰਿਆ, ਮਾਰ ਕੇ ਮੁੜ ਕੇ ਜਦੋਂ ਇਹਨਾਂ ਨੇ ਮੇਰੇ ਪੇ ਕੱਸ ਮਾਰਿਆ ਨਜਾਇਜ਼। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਆਪਣਾ ਕੀ ਨਾਮ? ਡਾਕਟਰ ਗੁਰਪ੍ਰੀਤ। ਹਾਂਜੀ ਡਾਕਟਰ ਸਾਹਿਬ, ਜਿਹੜਾ ਬ੍ਰਹਮਪੁਰੀ ਤੋਂ ਤੁਹਾਡੇ ਕੋਲ ਇੱਕ ਪੇਸ਼ੈਂਟ ਆਏ ਹੈਗੇ ਚਾਰ, ਹਾਂਜੀ ਉਹਨਾਂ ਬਾਰੇ ਕੋਈ ਜਾਣਕਾਰੀ ਦਿਓ। ਹਾਂਜੀ, ਸਾਡੇ ਕੋਲ ਇੱਕ ਕੋਹਿਨੂਰ ਲੜਕਾ 26 ਸਾਲ ਜਿਹਦੀ